नूरपुर बेदी इलाके विच किसानां दीआं मोटरां ते ट्रांसफार्मरां दे चोरी होण दा सिलसिला निरंतर जारी है। बीती 11 ते 12 जनवरी दी रात नूं नूरपुर बेदी ब्लाक विच दो मोटरां तों ट्रांसफार्मर चोरी होण दा समाचार प्राप्त होया है। चोर गरोह वल्लों पुलवामा शहीद कलविंदर सिंह दे दादा करनैल सिंह दे नाम चलदा 10 केवीए ट्रांसफार्मर भी चोरी कीता है। इसी प्रकार पिंड सिंहपुर नाल संबंधित करनैल सिंह दी मोटर तो भी चोरों ने 6.3 केवीए ट्रांसफार्मर चोरी कीता है। मिली जानकारी अनुसार चोर गरोह वल्लों दोनों ट्रांसफार्मरां नूं खोल के उन्हां विचों तांबे दीआं तारां अते तेल चोरी कीता है। इलाके दीआं खेतां विच स्थित मोटरां तों निरंतर चोरी हो रहीआं ट्रांसफार्मरां दीआं वारदातां कारण किसानां विच डर दा माहौल पाया जा रहा है। पीड़ित किसानां ने दस्सिया कि महंगे मुल दे ट्रांसफार्मरां दे चोरी होण कारण उन्हां नूं वड्डा वित्ती नुकसान उठाउणा पै रहा है। उन्हां दस्सिया कि मार चोर गरोह वल्लों कीतीआं ट्रांसफार्मर चोरी दीआं वारदातां नूं सख्ती नाल नजिठणा चाहीदा है। उन्हां पुलिस प्रशासन तों मंग कीती है कि चोर गरोह नूं जल्द तों जल्द फड़िया जावे। दसनयोग है कि नूरपुर बेदी इलाके विच पहलां भी 3 ट्रांसफार्मर चोरी हो चुके हन। ਭਾਜੀ ਟ੍ਰਾਂਸਫਾਰਮਰ ਚੋਰੀ ਹੋ ਗਿਆ ਤੁਹਾਡਾ ਵੀ ਕੀ ਕਹਿੰਦੇ ਹੋ ਪੁਲਿਸ ਪ੍ਰਸ਼ਾਸਨ ਵੀ ਤੁਸੀਂ ਕੰਪਲੇਂਟ ਕੀਤੀ ਹੋ ਭਾਈ ਕਈ ਪੁਲਿਸ ਪ੍ਰਸ਼ਾਸਨ ਤੋਂ ਇੱਕ ਹੀ ਮੰਗ ਕਰਦੇ ਆ ਵੀ ਜਿਹੜੇ ਚੋਰਾਂ ਨੂੰ ਜਲਦ ਤੋਂ ਜਲਦ ਨੱਥ ਪਾਈ ਜਾਵੇ ਤੇ ਜਲਦ ਤੋਂ ਜਲਦ ਫੜ ਕੇ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਤਾਂ ਕਿ ਗਾਹਾਂ ਨੂੰ ਇਦਾਂ ਦੀਆਂ ਘਟਨਾ ਨਾ ਵਾਪਰਨ। ਜਿਹੜਾ ਸਾਡਾ ਇਹ ਟ੍ਰਾਂਸਫਾਰਮ ਸੀ ਅਸੀਂ ਕੱਲ੍ਹ ਇੱਥੇ ਦੇਖ ਕੇ ਗਏ ਲੱਗਿਆ ਹੋਇਆ ਸੀ, ਇਹ ਅੱਜ ਰਾਤ ਜੇ ਵਾਰਦਾਤ ਜੇ ਉਹ ਹੋਈ ਹੈ ਤਾਂ ਸਾਨੂੰ ਪਤਾ ਲੱਗਿਆ ਕਿ ਦੇਖਿਆ ਤਾਂ ਟ੍ਰਾਂਸਫਾਰਮ ਥੱਲੇ ਸਿੱਟਿਆ ਵਿਚਲਾ ਸਮਾਨ ਇਹਦਾ ਚੋਰੀ ਕਰਕੇ ਚੋਰ ਲੈ ਚੁੱਕੇ। ਤਾਂ ਬਾਕੀ ਮੌਕੇ 'ਤੇ ਇੱਥੇ ਬਿਜਲੀ ਬੋਰਡ ਦੇ ਅਧਿਕਾਰੀ ਵੀ ਮੌਕੇ 'ਤੇ SDO ਸਾਹਿਬ ਅਤੇ JI ਸਾਹਿਬ ਵੀ ਮੌਕਾ ਦੇ ਕੇ ਪੁਲਿਸ ਪ੍ਰਸ਼ਾਸਨ ਵੀ ਆ ਲਿਆ ਅਤੇ ਅਸੀਂ ਸਾਡੀ ਤਾਂ ਇਹੀ ਮੰਗ ਹੈ ਪ੍ਰਸ਼ਾਸਨ ਤੋਂ ਵੀ ਸਾਡੀ ਕਾਰਵਾਈ ਹੋਣੀ ਚਾਹੀਦੀ, ਚੋਰਾਂ ਨੂੰ ਜਲਦ ਤੋਂ ਜਲਦ ਫੜਿਆ ਜਾਵੇ। ਪਾਪਾ ਜੀ ਟ੍ਰਾਂਸਫਾਰਮ ਚੋਰੀ ਹੋ ਗਿਆ, ਕੀ ਕਹਿਣਾ ਚਾਹੁੰਦੇ ਹੋ? ਸਾਡਾ ਟ੍ਰਾਂਸਫਾਰਮ ਚੋਰੀ ਹੋ ਗਿਆ, ਕੱਲ੍ਹ ਹਲੇ ਅਸੀਂ ਦੇਖ ਕੇ ਗਏ ਆ, ਜਦੋਂ ਦੁਪਹਿਰੇ ਆਏ ਤਾਂ ਦੁਪਹਿਰੇ ਟ੍ਰਾਂਸਫਾਰਮ ਥੱਲੇ ਪਿਆ ਸੀ, ਇਹਦੇ ਵਿੱਚ ਦਾ ਸਮਾਨ ਲੈ ਗਏ ਕੱਢ ਕੇ। ਹੁਣ ਇਹ ਨਹੀਂ ਪਤਾ ਲੱਗਦਾ ਚੋਰਾਂ ਦਾ ਵੀ ਕਿੱਥੇ ਗਏ ਕਿੱਥੇ ਨਹੀਂ ਗਏ, ਇਹਨਾਂ ਨੂੰ ਨੱਥ ਪਾਉਣੀ ਚਾਹੀਦੀ ਆ। ਹੁਣ ਟ੍ਰਾਂਸਫਾਰਮ ਦੇ ਕੋਲ ਜ਼ਿਮੀਂਦਾਰ ਬੈਠ ਤਾਂ ਸਕਦਾ ਨਹੀਂ ਆ, ਧੁੰਦ ਦੇ ਕਾਰਨ ਕੋਈ ਵੀ ਹੈਗਾ ਇਹ ਨਹੀਂ ਪਤਾ ਲੱਗਦਾ। ਹੁਣ ਕਣਕਾਂ ਨੂੰ ਪਾਣੀ ਵੀ ਦੇਣੇ ਆ, ਕਿਆ ਚੀਜ਼ ਕਰਨੀ ਆ, ਅਤੇ ਇਹਦੇ 'ਚ ਹੁਣ ਕਿਆ ਕਰਾਂਗੇ ਅਸੀਂ? ਅਸੀਂ ਤਾਂ ਇਹੀ ਪੁਲਿਸ ਪ੍ਰਸ਼ਾਸਨ ਨੂੰ ਕਹਿੰਦੇ ਵੀ ਜਲਦੀ ਤੋਂ ਜਲਦੀ ਇਹ ਚੋਰਾਂ ਨੂੰ ਪਕੜਿਆ ਜਾਵੇ, ਇਹਨਾਂ 'ਤੇ ਨੱਥ ਪਾਈ ਜਾਵੇ ਜਾਂ ਕੋਈ ਹੋਰ ਕੀਤਾ ਜਾਵੇ, ਗਸ਼ਤ ਕੀਤੀ ਜਾਵੇ ਇਹਨਾਂ ਦੀ।